ਪੰਜਾਬ ਦੇ ਲੋਕਾਂ ਦੀ ਅੱਜ ਦੀ ਦਿਨ ਦੀ ਸ਼ੁਰੂਆਤ ਜਿਹੜੀ ਹੈ ਜਾਮ ਤੋਂ ਹੋਈ ਆ। ਇਸ ਵੇਲੇ ਅਸੀਂ ਜਲੰਧਰ 'ਚ ਖੜ੍ਹੇ ਹਾਂ ਰਾਮਾ ਮੰਡੀ ਚੌਂਕ ਦੇ ਵਿੱਚ, ਜਿੱਥੇ ਕਿ ਵੱਡੀਆਂ ਕਤਾਰਾਂ ਲੱਗੀਆਂ ਨੇ ਜਾਮ ਦੀਆਂ, ਕਿਉਂਕਿ ਚੰਡੀਗੜ੍ਹ ਬਾਈਪਾਸ ਦੇ ਉੱਪਰ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਆ ਅਤੇ ਲੋਕਾਂ ਨੂੰ ਖਾਸਾ ਮੁਸ਼ਕਲਾਂ ਆ ਰਹੀਆਂ ਨੇ। ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਕੁ ਚਿਰ ਤੋਂ ਉਹ ਇੱਥੇ ਖੜ੍ਹੇ ਨੇ ਅਤੇ ਕੀ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਨੇ। ਭਾਅ ਜੀ ਕਿੱਥੋਂ ਆਏ ਹੋ ਅਤੇ ਤੁਸੀਂ ਕਿੱਥੇ ਜਾਣਾ ਜੀ? ਮੈਂ ਜਲੰਧਰ ਸਿਟੀ ਤੋਂ ਹੀ ਹਾਂ ਜੀ। ਕਿੱਥੇ ਜਾਣਾ? ਆਪਣੇ ਆਫਿਸ ਜਾਣਾ ਸੀਗਾ, ਅੱਧੇ ਘੰਟੇ ਤੋਂ ਉੱਥੇ ਵੇਟ ਕਰ ਰਹੇ ਹਾਂ ਜੀ ਟ੍ਰੈਫਿਕ ਕਰਕੇ। ਅੱਛਾ ਜੀ, ਜਾਣਾ ਕਿਹੜੀ ਜਗ੍ਹਾ 'ਤੇ, ਫਗਵਾੜੇ ਜਾਂ ਕਿਤੇ ਹੋਰ? ਪ੍ਰਾਗਪੁਰ ਜਾਣਾ ਜੀ। ਅੱਛਾ ਜੀ, ਰੂਟ ਕਿਹੜਾ ਫਿਰ ਫੜੋਗੇ ਤੁਸੀਂ? ਮੈਨੂੰ ਤਾਂ ਸਿੱਧਾ ਮਿਲ ਜਾਏਗਾ ਜੀ, ਲੇਕਿਨ ਜਿਹੜੇ ਦੂਜੇ ਲੁਧਿਆਣਾ ਜਾਣਾ ਉਹਨੂੰ ਤਾਂ ਆਦਮਪੁਰ ਵਾਇਆ ਜਾਣਾ ਪਏਗਾ ਜੀ। ਸੋ ਵਾਕਈ ਆਦਮਪੁਰ ਵਾਇਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਆਏ ਹੋ? ਲੋਕਾਂ ਨੂੰ ਇੱਥੇ ਖੜਿਆ ਹੋਇਆ ਜਾਮ ਲੱਗਾ ਹੋਇਆ ਤੇ ਲੋਕ ਦੂਰੋਂ ਦੂਰੋਂ ਚੱਲ ਕੇ ਆਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਕਿੰਨੇ ਕੁ ਚਿਰ ਤੋਂ ਖੜੇ ਹੋ ਇੱਥੇ? ਬਾਈ ਜੀ ਅੱਧਾ ਘੰਟਾ ਹੋ ਗਿਆ। ਆਏ ਕਿੱਥੋਂ ਤੇ ਜਾਣਾ ਕਿੱਥੇ ਤੁਸੀਂ? ਅਸੀਂ ਇੱਥੇ ਨਾਲ ਹੀ ਜਾਣਾ ਸੀ, ਜਗਰਾਉਂ ਤੋਂ ਆਏ ਹਾਂ ਜੀ। ਬਹੁਤ ਪਰੇਸ਼ 10 ਵਜੇ ਦਾ ਕਿਤੇ ਟਾਈਮ ਸੀ, ਅੱਧਾ ਘੰਟਾ ਹੋ ਗਿਆ। ਕੀ ਪਰੇਸ਼ਾਨੀ ਕੀ ਹੈ ਇਹ? ਅੱਛਾ, ਅੱਗੇ ਕਿਸਾਨਾਂ ਦਾ ਧਰਨਾ ਲੱਗਾ ਆ, ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ ਜੀ, ਅਸੀਂ ਤਾਂ ਕਿਸਾਨਾਂ ਦੇ ਨਾਲ ਹਾਂ ਜੀ, ਮੰਨਣੀਆਂ ਚਾਹੀਦੀਆਂ। ਚਲੋ ਉਹਨਾਂ ਭਰਾਵਾਂ ਨੂੰ ਐਂ ਜੀ, ਕੋਈ ਬਿਮਾਰ ਠਮਾਰ ਬੰਦਾ ਪਿਆ ਵਾ ਤਾਂ ਉਹਨੂੰ ਕਵਰ ਅਪ ਕਰਨਾ ਚਾਹੀਦਾ ਜੀ। ਸੋ ਲੋਕਾਂ ਨੂੰ ਘੰਟੇ ਤੋਂ ਅੱਧਾ ਘੰਟਾ ਹੋ ਗਿਆ ਜਿਹੜਾ ਕਿ ਇੱਥੇ ਜਾਮ ਦੇ ਵਿੱਚ ਖੜ੍ਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਪਿੱਛੋਂ ਤੱਕ। ਇੱਥੋਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਟਰੱਕ ਖੜ੍ਹੇ ਨੇ, ਗੱਡੀਆਂ ਖੜ੍ਹੀਆਂ ਨੇ, ਸਕੂਲ ਕਾਲਜਾਂ ਦੇ ਵਿੱਚ ਲੋਕਾਂ ਨੇ ਜਾਣਾ ਆ, ਉਹਨਾਂ ਦੇ ਵੀ ਜਿਹੜਾ ਆ ਅੱਜ ਖੱਜਲ ਖੁਆਰੀ ਹੋ ਰਹੀ ਹੈ। ਗੱਲਬਾਤ ਕਰਦੇ ਹਾਂ, ਭਾਅ ਜੀ ਕਿੱਥੋਂ ਆਏ ਹੋ, ਕਿੱਥੇ ਜਾਣਾ ਤੁਸੀਂ? ਅਸੀਂ ਭਾਅ ਜੀ ਨਕੋਦਰ ਜਾਣਾ ਜੀ। ਅੱਛਾ, ਅਤੇ ਹੁਣ ਵਾਇਆ ਕਿਹੜਾ ਫੜੋਗੇ, ਕਿਉਂਕਿ ਜਾਣ ਤਾਂ ਦਿੰਦੇ ਨਹੀਂ ਹੁਣ? ਅਸੀਂ ਜਮਸ਼ੇਰ ਵੱਲ ਜਾਵਾਂਗੇ ਜੀ। ਹਾਂਜੀ ਹਾਂਜੀ, ਸਾਨੂੰ ਪੈ ਜਾਣਾ 10 ਕਿਲੋਮੀਟਰ ਜੀ। ਇੱਥੇ ਕਿੰਨਾ ਕੁ ਚਿਰ ਹੋ ਗਿਆ ਖੜ੍ਹੇ ਨੂੰ? ਅੱਧਾ ਪੌਣਾ ਘੰਟਾ ਹੋ ਗਿਆ ਜੀ। ਸੋ ਦੇਖ ਸਕਦੇ ਹੋ ਕਿ ਟਰੱਕਾਂ ਵਾਲੇ ਵੀਰ ਵੀ ਜਿਹੜੇ ਆ ਉਹ ਖੜ੍ਹੇ ਨੇ, ਖੱਜਲ ਖੁਆਰੀ ਉਹਨਾਂ ਨੂੰ ਹੋ ਰਹੀ ਆ। ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਚਿਰ ਹੋ ਗਿਆ ਉਹਨਾਂ ਨੂੰ ਇੱਥੇ ਖੜ੍ਹੇ। ਭਾਅ ਜੀ ਕਿੰਨਾ ਚਿਰ ਹੋ ਗਿਆ ਖੜ੍ਹਿਆਂ ਨੂੰ? ਘੰਟਾ 2 ਘੰਟੇ ਹੋ ਗਏ ਆ। 2 ਘੰਟੇ ਕਿੱਥੋਂ ਆਏ ਹੋ, ਕਿੱਥੇ ਜਾਣਾ? ਆਪਣਾ ਪਠਾਨਕੋਟ ਤੋਂ ਆਇਆ, ਲੁਧਿਆਣੇ ਜਾਣਾ। ਫਿਰ ਹੁਣ ਵਾਇਆ ਕਿਹੜਾ ਕਰੋਗੇ? ਵਾਇਆ ਤੋਂ ਸਿੱਧਾ ਹੀ ਆਪਣਾ ਫਗਵਾੜੇ ਨੂੰ। ਹਾਂਜੀ, ਫਗਵਾੜਾ ਤਾਂ ਰਾਹ ਬੰਦ ਕੀਤਾ ਹੋਇਆ। ਫਗਵਾੜਾ ਫਿਰ ਪਰੇਸ਼ਾਨ ਹੋਵਾਂਗੇ, ਹੋਰ ਕੀ ਹੋਣਾ। ਲੁਧਿਆਣੇ ਨੂੰ ਹੋਰ ਕਿਹੜੇ ਕਿਹੜੇ ਰੂਟ ਆ ਜਾਣ ਵਾਲੇ? ਹੋਰ ਕੋਈ ਰੂਟ ਨਹੀਂ, ਇਹੀ ਰੂਟ ਆ। ਹਾਂਜੀ, ਜੇ ਧਰਨਾ ਨਾ ਖੁੱਲ੍ਹਾ ਤਾਂ ਫਿਰ ਇੱਥੇ ਖੜੋਗੇ? ਹਾਂਜੀ ਹਾਂਜੀ, ਸਾਰਾ ਦਿਨ ਜਾਮ 'ਚ ਲੱਗਾਂਗੇ। ਸੋ ਦੇਖ ਸਕਦੇ ਹੋ ਕਿ ਲੋਕਾਂ ਨੂੰ ਖਾਸਾ ਮੁਸ਼ਕਲਾਂ ਆ ਰਹੀਆਂ ਨੇ। ਪਰਿਵਾਰ ਵਾਲਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ, ਕਿਉਂਕਿ ਜਾਮ ਜਿਹੜਾ ਆ ਕਾਫੀ ਵੱਡਾ ਲੱਗ ਚੁੱਕਾ ਆ। ਇਹ ਮੇਨ ਹੈਗਾ ਹਾਈਵੇ ਜਿੱਥੇ ਕਿ ਲੋਕਾਂ ਨੂੰ ਜਿਹੜਾ ਆ ਮੁਸ਼ਕਲਾਂ ਆ ਰਹੀਆਂ ਨੇ ਅਤੇ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਲੋਕ ਖੜ੍ਹੇ ਰਹਿੰਦੇ ਨੇ। ਫੌਜੀ ਵੀਰ ਜਿਹੜੇ ਆ ਉਹ ਵੀ ਜਾ ਰਹੇ ਨੇ। ਲੋਕ ਜਾਮ ਦੇ ਵਿੱਚ ਕਾਫੀ ਦਿੱਕਤਾਂ ਜਿਹੜੀਆਂ ਨੇ ਉਹਨੂੰ ਆ ਰਹੀਆਂ। ਭਾਅ ਜੀ ਕਿੱਥੇ ਜਾਣਾ ਤੁਸੀਂ? ਹਾਂਜੀ, ਅਸੀਂ ਰਾਮਾ ਮੰਡੀ ਰਹਿਣਾ ਭਾਅ ਜੀ। ਹੁਣ ਫਿਰ ਇੱਥੋਂ ਕਿੱਦਾਂ ਡਿਵਰਟ ਕਰੋਗੇ ਕਿ ਜਾਂ ਤੁਹਾਨੂੰ ਅੱਗੇ ਤਾਂ ਲੰਘਣ ਨਹੀਂ ਦੇਣਾ ਇੱਥੋਂ? ਹਾਂਜੀ, ਇੱਥੋਂ ਕੈਂਟ ਥਾਣੀ ਹੋ ਕੇ ਜਾਵਾਂਗੇ ਸਰ। ਹਾਂਜੀ, ਸੋ ਦੇਖ ਸਕਦੇ ਹੋ ਕਿ ਮੁਸ਼ਕਲਾਂ ਜਿਹੜੀਆਂ ਨੇ ਆ ਰਹੀਆਂ ਨੇ ਲੋਕਾਂ ਨੂੰ। ਗੱਡੀ ਅੰਮ੍ਰਿਤਸਰ ਦੀ ਲੱਗਦੀ ਹੈ, PB02 ਅੰਮ੍ਰਿਤਸਰ ਤੋਂ ਆਏ ਤੁਸੀਂ? ਹਾਂਜੀ ਭਾਅ ਜੀ। ਕਿੱਥੇ ਜਾਣਾ ਜੀ? ਭਾਅ ਜੀ ਬਾਈਪਾਸ ਹੀ ਜਾਣਾ ਸੀਗਾ। ਅਤੇ ਹੁਣ ਬਾਈਪਾਸ ਤਾਂ ਤੁਹਾਨੂੰ ਦੂਰ ਪੈ ਜੂਗਾ ਕਿਉਂਕਿ ਇੱਥੇ ਅੱਗੇ ਤਾਂ ਜਾਮ ਲੱਗਿਆ ਬਹੁਤ। ਕਿੰਨਾ ਕੁ ਜਾਮ ਹੈ ਭਾਅ ਜੀ? ਬਹੁਤ ਜ਼ਿਆਦਾ ਜਾਮ ਹੈ ਜੀ। ਭਾਅ ਜੀ ਅਸੀਂ ਤਾਂ ਫੰਕਸ਼ਨ ਤੋਂ ਲੇਟ ਹੋ ਜਾਣਾ, ਅਸੀਂ ਵੀ ਤੁਹਾਡੇ ਵਾਂਗੂ ਫੋਟੋਗ੍ਰਾਫਰ ਆ। ਫੰਕਸ਼ਨ ਵੀ ਆ, ਕਈਆਂ ਦੇ ਦਿਨ ਮਿੱਥੇ ਹੁੰਦੇ ਆ ਜੋ ਕੁਝ ਕਰਨਾ ਹੁੰਦਾ, ਪਰ ਅੱਜ ਸਰਕਾਰ ਦੀ ਵਜ੍ਹਾ ਨਾਲ ਕਿਸਾਨਾਂ ਦੇ ਕਰਕੇ ਜਿਹੜਾ ਆ ਇਹ ਮੁਸ਼ਕਲਾਂ ਉਹਨਾਂ ਨੂੰ ਝੱਲਣੀਆਂ ਪੈ ਰਹੀਆਂ ਨੇ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।